ਖੇਰ ਪਟਿਆਲਾ ਤੋਂ ਸਭ ਤੋਂ ਵੱਡੀ ਖਬਰ ਜਿਸ ਤੇ ਸਾਡੀ ਲਗਾਤਾਰ ਨਜ਼ਰ ਬਣੀ ਹੋਈ ਹੈ ਦੋ ਧੜਿਆਂ ਦੇ ਦਰਮਿਆਨ ਹਿੰਸਕ ਚੜ੍ਹਪ ਹੋਈ ਹੈ ਪੰਜਾਬ ਦੀ ਪੁਲਿਸ ਦੋਹਾਂ ਧੜਿਆਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਉੱਤੇ ਨੇ ਹਾਲਾਂਕਿ ਪੁਲਿਸ ਨੂੰ ਗੋਲੀਆਂ ਵੀ ਚਲੋਣੀਆਂ ਪਈਆਂ ਸੋ 1K47 ਅਸੌਲਟ ਰਹੀਂ ਐਸਐਸਪੀ ਇਸ ਚੀਜ਼ ਦਾ ਆਰਡਰ ਦਿੰਦੇ ਦਿਖਾਈ ਦਿੱਤੇ ਪਰ ਦੂਜੇ ਪਾਸੇ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਪਹਿਲਾ ਧੜਾ ਤੇ ਦੂਜਾ ਧੜਾ ਪਹਿਲੇ ਧੜੇ ਨੇ ਇੱਕ ਵਿਸ਼ੇਸ਼ ਸਮਾਗਮ ਨੂੰ ਲੈ ਕੇ ਕਾਲ ਦਿੱਤੀ ਹੋਈ ਸੀ ਤਾਂ ਦੂਜੇ ਧੜੇ ਨੇ ਕੌਂਟਰਾਡਿਕਟ ਕਾਲ ਦਿੱਤੀ ਕਿ ਅਸੀਂ ਇਹ ਸਮਾਗਮ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਰੈਲੀਆਂ ਨਹੀਂ ਹੋਣ ਦਵਾਂਗੇ ਤਾਂ ਦੋਹਾਂ ਧੜਿਆਂ ਦਰਮਿਆਨ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਸਿਆਸੀ ਤਬਾਦ ਜੈਸੀ ਗੱਲ ਕਰੀ ਤਾਂ ਜ਼ੁਬਾਨੀ ਤਲਖੀ ਵੱਡੇ ਪੱਧਰ ਤੇ ਚੱਲ ਰਹੀ ਸੀ ਕਿ ਤੁਸੀਂ ਰੋਕ ਕੇ ਸਹਾਰ ਦੇ ਸਕਦੇ ਹੋ ਹਾਲਾਂਕਿ ਪੰਜਾਬ ਦੀ ਪੁਲਿਸ ਨੂੰ ਵੀ ਕਈ ਦਰਖਾਸਤਾਂ ਦਿੱਤੀਆਂ ਗਈਆਂ ਪਟਿਆਲਾ ਦੀ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਜਥੇਬੰਦੀਆਂ ਵੱਲੋਂ ਕਿ ਇਸ ਤਰ੍ਹਾਂ ਦੇ ਜਿਹੜੇ ਅੰਸਰ ਜਾਂ ਲੋਕੜੇ ਉਹਨਾਂ ਤੇ ਨੱਥ ਪਾਈ ਜਾਵੇ ਤਾਂ ਦੂਜੇ ਪਾਸੇ ਜਥੇਬੰਦੀਆਂ ਵੀ ਵਜਿੱਦ ਸੰਨ ਕਿ ਅਸੀਂ ਪ੍ਰਦਰਸ਼ਨ ਨਹੀਂ ਹੋਣ ਦਵਾਵਾਂਗੇ ਤਾਂ ਪੰਜ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਇੱਕ ਸਖਸ਼ ਦੇ ਗੋਲੀ ਵੀ ਲੱਗੀ ਹੈ ਉਹ ਮੈਕਸਮੋਲ ਕਾਲੀ ਮਾਤਾ ਮੰਦਰ ਰੋਡ ਦੇ ਨਜ਼ਦੀਕ ਆ ਇਹਨਾਂ ਸਕ ਘਟਨਾ ਵਾਪਰੀ ਹੈ